ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਇਸ ਵਕਤ ਤੁਸੀਂ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋ, ਮੇਰੇ ਨਾਲ ਨੇ ਡਾਕਟਰ ਸ਼ਿੰਦਰ ਕੌਰ ਹੋਰੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਪੰਜਾਬ ਦੇ ਵਿੱਚ ਖਾਸ ਕਰਕੇ ਆਪਾਂ ਗੱਲ ਕਰੀਏ ਤਾਂ ਪੰਜਾਬੀ ਵਿਆਹ ਜਿਹੜੇ ਬੜੇ ਪੰਪ ਐਂਡ ਸ਼ੋਅ ਨਾਲ ਹੋਣੇ ਸ਼ੁਰੂ ਹੋ ਗਏ ਨੇ, ਆਪਣੇ ਆਪ 'ਚ ਇੱਕ ਇੰਡਸਟਰੀ ਬਣ ਚੁੱਕੀ ਹੈ। ਸਰਕਾਰ ਕਹਿੰਦੀ ਸੀ ਪਿੱਛੇ ਜੇ ਚਰਚਾ ਸੀ ਕਿ ਭਾਈ ਦੋ ਤਿੰਨ ਜਿਹੜੇ ਪਕਵਾਨ ਹੀ ਪਰੋਸੇ ਜਾਣ। ਸਾਲ ਕੁ ਪਹਿਲਾਂ ਵਿਆਹਾਂ ਮੈਰਿਜ ਪੈਲਸਾਂ ਅੱਗੇ ਪੁਲਿਸ ਵਾਲੇ ਵੀ ਠੱਲੇ ਸੀ ਵੀ ਫੂਕ ਮਾਰਨ ਵਾਲੀ ਮਸ਼ੀਨ ਦੇ ਵਿੱਚ ਉਹ ਫੂਕ ਵਾਲੀ ਮਸ਼ੀਨ ਨੂੰ ਹੀ ਫੂਕ ਵੱਜ ਗਈ, ਉਹ ਲੱਭੀ ਨਹੀਂ ਥੀ ਆਉਂਦੀ ਕਿੱਧਰ ਗਈ। ਸੋ ਅਸਲੇ ਦਾ ਪ੍ਰਯੋਗ ਵਿਆਹਾਂ ਦੇ ਵਿੱਚ, ਅਸਲੇ ਦਾ ਪ੍ਰਦਰਸ਼ਨ, ਉੱਥੇ ਹੁੰਦੇ ਹਾਦਸੇ, ਉਸ ਤੋਂ ਵੀ ਉੱਤੇ ਜਿਹੜਾ ਇਹ ਲੱਖਾਂ ਕਰੋੜਾਂ ਦਾ ਜਿਹੜਾ ਹੈਗਾ ਕਾਰੋਬਾਰ ਬਣ ਗਿਆ। ਚੀਨ ਤੋਂ ਲੈ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਦੇ ਸਜਾਵਟੀ ਫੁੱਲ ਅੰਦਰ ਲਾਈਟਾਂ ਜਿਹੜੀਆਂ ਨੇ ਉਹ ਲੱਗਣੀਆਂ ਸ਼ੁਰੂ ਹੋ ਗਈਆਂ। ਖਰਚਾ ਜੇਕਰ ਗੱਲ ਕਰੀਏ, ਲੰਪ ਸੰਪ ਖਰਚਾ ਜਿਹੜਾ ਅੱਜ ਕੱਲ੍ਹ ਜੇ ਕੋਈ 400 ਬੰਦੇ ਦਾ ਕਰਨਾ ਤਾਂ 15 ਤੋਂ 20 ਲੱਖ ਰੁਪਏ ਇਕੱਲੇ ਰੋਟੀ ਰੋਟੀ ਦੇ ਲੱਗ ਜਾਂਦੇ ਨੇ। ਮੇਰੇ ਨਾਲ ਡਾਕਟਰ ਸ਼ਿੰਦਰ ਕੌਰ ਹੋਰੀ ਨੇ। ਭੈਣ ਜੀ ਸਤਿ ਸ਼੍ਰੀ ਅਕਾਲ। ਹਾਂ ਸਤਿ ਸ਼੍ਰੀ ਅਕਾਲ ਭਾਜੀ, ਅੱਜ ਤਾਂ ਤੁਸੀਂ ਬਹੁਤ ਹੀ ਅਹਿਮ ਮੁੱਦਾ ਜੋ ਚੁਣਿਆ, ਮੈਨੂੰ ਲੱਗਦਾ ਹਰ ਘਰ ਕੋਈ ਵੀ ਘਰ ਨਹੀਂ ਹੋਏਗਾ ਜਿਹਨੂੰ ਇਸ ਚੀਜ਼ ਦਾ ਸੇਕ ਨਾ ਲੱਗਿਆ ਹੋਏ, ਰਿਸ਼ਤੇਦਾਰੀ ਵਿੱਚ ਜਾਂ ਆਪੇ ਇਹੋ ਜਿਹਾ ਭੁਗਤਿਆ ਹੋਏ ਕੁਛ, ਤੇ ਜਾਂ ਫਿਰ ਆਂਢ ਗੁਆਂਢ ਵਿੱਚ ਅਜਿਹੀ ਚੀਜ਼ ਵਾਪਰਦੀ ਨਾ ਵੇਖੀ ਹੋਵੇ। ਦਰਅਸਲ ਮੈਂ ਇਸ ਗੱਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਰਤਿਕ ਇੱਕ ਸਾਡਾ ਨੈਸ਼ਨਲ ਡਾਟਾ ਜੋ ਭਾਰਤ ਦਾ ਉਹ ਦੱਸਣਾ ਚਾਹਾਂਗੀ, ਜਿਸ ਵਿੱਚ ਸਿਰਫ ਤੇ ਸਿਰਫ ਦਰਜ ਹੋਏ ਕੇਸ 2022 ਸਾਲ ਦੇ ਡਾਊਰੀ ਡੈਥਸ ਯਾਨੀ ਦਾਜ ਦੇ ਖਾਤਰ ਹੋਈਆਂ ਮੌਤਾਂ ਜੋ ਰਜਿਸਟਰ ਹੋ ਚੁੱਕੀਆਂ ਭਾਰਤ ਵਿੱਚ ਉਹ 6450 ਸਨ। ਨਾਲ ਹੀ ਇਹ ਉਹਨਾਂ ਨੇ ਸਪੈਸ਼ਲ ਨੋਟ ਪਾਇਆ ਵੀ ਇਹ ਸਿਰਫ ਉਹ ਨੇ ਜਿਹੜੀਆਂ ਰਜਿਸਟਰ ਹੋਈਆਂ, ਇਹਨਾਂ ਤੋਂ ਇਲਾਵਾ ਅਣਗਿਣਤ, ਇਹੀ ਸ਼ਬਦ ਜੇ ਹੁਣ ਉਹਨੂੰ ਜਿੰਨੇ ਵੀ ਤੁਸੀਂ ਕਹਿਣੇ ਚਾਹੋ ਉਹਨੂੰ ਕਹਿ ਸਕਦੇ ਹੋ, ਅਣਗਿਣਤ ਹੋਰ ਨੇ ਜਿਹੜੇ ਜਿਹਨਾਂ ਦੀ ਰਜਿਸਟਰ ਨਹੀਂ ਹੋ ਸਕੇ ਉਹ ਵੱਖਰੇ ਨੇ। ਫਿਰ ਉਹਦੇ ਨਾਲ ਇੱਕ ਹੋਰ ਸੀ ਡਾਟਾ 2023 ਦਾ, ਜਿਸ ਵਿੱਚ ਉਹਨਾਂ ਨੇ ਕਿਹਾ ਜੋ ਕਿ 1 ਜਨਵਰੀ 2024 ਨੂੰ ਹੀ ਰਿਲੀਜ਼ ਕੀਤਾ ਗਿਆ ਕਿ ਸੰਨ 2023 ਵਿੱਚ ਦਾਜ ਖਾਤਰ ਮਾਰ ਖਾ ਚੁੱਕੀਆਂ ਜਿਹੜੀਆਂ ਔਰਤਾਂ ਦੇ ਰਜਿਸਟਰਡ ਕੇਸ ਨੇ ਉਹ 8540 ਨੇ ਭਾਰਤ ਦੇ, ਜੋ ਦਾਜ ਖਾਤਰ ਮਾਰ ਕੁਟਾਈ ਸਹਿ ਰਹੀਆਂ ਇਹ ਉਹ ਰਜਿਸਟਰ ਹੋਏ ਕੇਸ ਨੇ। ਇਹਨਾਂ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੀ ਡਾਊਰੀ ਦੇ ਖਾਤਰ ਜਿਹੜੀਆਂ ਇਸ ਤੋਂ ਇਲਾਵਾ ਹੋਣਗੀਆਂ ਉਹ ਸ਼ਾਇਦ ਇਸ ਵੇਲੇ 75% ਦੇ ਕਰੀਬ ਪਹੁੰਚ ਗਏ ਹੋਣਗੇ, ਜਿਹਨਾਂ ਨੂੰ ਤਾਨੇ ਮਿਹਣੇ ਕਦੇ ਨਾ ਕਦੇ ਜ਼ਰੂਰ ਸੁਣਨੇ ਪੈ ਰਹੇ ਨੇ। ਯਾਨੀ ਇਹ ਸਾਡੀ ਭਾਰਤ ਦਾ ਡਾਟਾ ਜੇ, ਜਿਸ ਵਿੱਚ ਹੁਣ ਹੋਰ ਇੱਕ ਇੰਟਰਸਟਿੰਗ ਚੀਜ਼ ਤੁਹਾਨੂੰ ਮੈਂ ਦੱਸਦੀ ਹਾਂ ਕਿ ਪੂਰੇ ਭਾਰਤ ਦਾ ਜੋ ਡਾਇਵੋਰਸ ਰੇਟ, ਉਹਨਾਂ ਨੇ ਕਿਹਾ ਕਿਉਂਕਿ ਆ ਸਮਾਜਿਕ ਜੋ ਜਿਸ ਕਾਰਨ ਅਸੀਂ ਕਹਿ ਰਹੇ ਹਾਂ ਕਿ ਆਪਾਂ ਰੱਖਦੇ ਹਾਂ ਜੋ ਵੀ ਵਿਆਹ ਜੀ ਛੁੱਟੜ ਹੈ ਜਾਂ ਜੋ ਮਰਜ਼ੀ ਆਪਾਂ ਬੋਲਦੇ ਹਾਂ, ਇਹ 2 ਨਵੰਬਰ 2023 ਦੀ ਖਬਰ ਹੈ ਕਿ ਉਹ 1% ਭਾਰਤ ਵਿੱਚ ਹੈ ਜੇ ਓਵਰਆਲ ਇਹਨੂੰ ਦੇਖਿਆ ਜਾਵੇ। ਪਰ ਹੁਣ ਇੰਟਰਸਟਿੰਗ ਚੀਜ਼ ਜਿਹੜੀ ਮੈਂ ਤੁਸੀਂ ਕਿਉਂਕਿ ਉਹ ਵਿਆਹਾਂ ਦਾ ਖਰਚੇ ਦੀ ਗੱਲ ਕੀਤੀ, ਜਿਹਨਾਂ ਚ ਇੱਕ ਲਕਸ਼ਮੀ ਮਿੱਤਲ ਮੇਰਾ ਖਿਆਲ ਉਹ ਸਭ ਤੋਂ ਮਹਿੰਗਾ ਵਿਆਹ ਗਿਣਿਆ ਗਿਆ ਸੀ, 400 ਕਰੋੜ ਉਸ ਸਮੇਂ ਕੀਤਾ ਗਿਆ ਤੇ ਉਹ ਸਭ ਨੂੰ ਪਤਾ ਹੈ ਕਿ ਉਹ ਬੇਟੀ ਦਾ ਡਿਵੋਰਸ ਫਿਰ ਹੋ ਗਿਆ ਸੀ। ਸੋ ਇਹ ਚੀਜ਼ ਇੱਕ ਜੋ ਇਹ ਅੰਕੜਿਆਂ ਦੇ ਨਾਲ ਦੱਸੀ ਗਈ ਕਿ ਭਾਈ ਜਿਹੜੀਆਂ ਡੈਸਟੀਨੇਸ਼ਨ ਵੈਡਿੰਗ ਯਾਨੀ
ਫੈਟ ਵੈਡਿੰਗਸ ਜੋ ਤੁਸੀਂ ਕਹਿ ਰਹੇ ਹੋ, ਜਿਵੇਂ ਆਪਣੇ ਰਾਹੁਲ ਆਪਣੇ ਜਿਹੜੇ ਆਪਣੇ MP ਸਾਹਿਬ ਨੇ ਰਾਘਵ ਚੱਡਾ ਜੀ ਨੇ ਕੀਤੀ ਹੈ ਜਿਵੇਂ ਜੀ ਜੀ ਇਹੋ ਜਿਹੜੇ ਵਿਆਹਾਂ ਵਿੱਚੋਂ ਮੈਕਸੀਮਮ ਡਾਇਵੋਰਸ ਰੇਟਸ ਜਿਨ੍ਹਾਂ ਚੋਂ ਮਹਾਰਾਸ਼ਟਰ ਨੰਬਰ 1, ਮੈਂ ਇੰਡੀਆ ਦਾ 1% ਉਹ ਦੱਸ ਰਹੇ ਨੇ, 18.7% ਜੇ ਮਹਾਰਾਸ਼ਟਰ, ਉਸ ਤੋਂ ਰਤਾ ਕੁ ਘੱਟ ਕਰਨਾਟਕ, ਉਸ ਤੋਂ ਥੱਲੇ UP, ਉਸ ਤੋਂ ਥੱਲੇ ਬੰਗਾਲ, ਦਿੱਲੀ, ਤਾਮਿਲਨਾਡੂ, ਇਹ ਸਾਰਿਆਂ ਵਿੱਚ ਸਭ ਤੋਂ ਵੱਧ ਡਾਇਵੋਰਸ ਰੇਟਸ ਉਹਨਾਂ ਵਿੱਚ ਨੇ ਜਿਹੜੀਆਂ ਬਿਗ ਫੈਟ ਵੈਡਿੰਗਸ ਜਿਨ੍ਹਾਂ ਦਾ ਨਾਮ ਦਿੱਤਾ ਜਾਂਦਾ, ਜਾਂ ਹਾਈ ਫਾਈ ਜੋ ਵੀ ਤੁਸੀਂ ਇਹਨਾਂ ਨੂੰ ਕਹਿਣਾ ਚਾਹੋ, ਇਹ ਸਾਡੇ ਸਾਹਮਣੇ ਨਤੀਜਾ ਜੇ, ਜਿੱਥੇ ਬਾਕੀ ਭਾਰਤ ਟੋਟਲ ਜਦੋਂ ਅਸੀਂ ਕਰਦੇ ਹਾਂ 1%, ਪ੍ਰਤੀਕ ਖਰਚਾ ਜਿਵੇਂ ਤੁਸੀਂ ਇਹ ਕੀਤਾ ਕਿ ਖਰਬਾਂ ਦਾ ਕਾਰੋਬਾਰ ਦੇ ਵਿੱਚ ਚੀਜ਼ਾਂ ਗਿਣੋ ਜੋ ਇਸ ਵੇਲੇ ਸ਼ੁਰੂ ਹੋਈਆਂ ਪਈਆਂ ਨੇ, ਕਿ ਡੈਸਟੀਨੇਸ਼ਨ ਵੈਡਿੰਗ ਤੋਂ ਛੱਡ ਕੇ ਮੇਕਅਪ, ਫਿਰ ਪ੍ਰੀ ਵੈਡਿੰਗ ਸ਼ੂਟ ਜਿਵੇਂ ਤੁਸੀਂ ਗੱਲ ਕੀਤੀ ਸਜਾਵਟੀ ਫੁੱਲ ਤੇ ਲਾਈਟਾਂ ਦੀ, ਉਹ ਹੇਅਰ ਸਟਾਈਲਿਸਟ ਵੱਖਰੇ, ਪਿੰਡਾਂ ਦੇ ਵਿੱਚ ਇਹਨਾਂ ਦੀਆਂ ਬ੍ਰਾਂਚਿਸ ਤੱਕ ਖੁੱਲ ਚੁੱਕੀਆਂ ਨੇ, ਜਿਹਨਾਂ ਚ ਮਹਿੰਦੀ ਰਸਮ ਵੱਖਰੀ, ਚੂੜੇਰ ਦੀ ਰਸਮ ਵੱਖਰੀ, ਫੋਟੋਗ੍ਰਾਫਰ ਦੇ ਵੱਖਰੇ, ਲੱਖਾਂ ਦਾ ਉਹਦਾ ਖਰਚਾ ਗਹਿਣਿਆਂ ਦਾ, 50% ਤਾਂ ਸਿਰਫ ਵਿਆਹਾਂ ਤੇ ਹੀ ਪੂਰੇ ਦੇ ਪੂਰੇ ਗਹਿਣੇ ਜਿਹੜੇ ਖਰੀਦੇ ਜਾਣ ਲੱਗ ਪਏ ਨੇ, ਕੱਪੜਿਆਂ ਦੀ ਸਟਿਚਿੰਗ 10 ਗੁਣਾ, ਸਿਰਫ ਵੀ ਤੇਰਾ ਵਿਆਹ ਦਾ ਬਣ ਰਿਹਾ ਤਾਂ 10 ਗੁਣਾ ਨੋਰਮਲ ਜਿਹੜੀ ਸੂਟ ਦੀ ਜਾਂ ਕਿਸੇ ਦੀ ਸਟਿਚਿੰਗ ਤੋਂ ਉਹ ਲੈਂਦੇ ਨੇ ਸਿਰਫ ਵਿਆਹ ਕਾਰਨ, ਤੇ ਫਿਰ ਵੈਡਿੰਗ ਪਲੈਨਰਸ, ਉਸ ਤੋਂ ਬਾਅਦ ਜਿਸ ਤਰੀਕੇ ਦੇ ਕਾਰਡ ਤਿਆਰ ਹੋ ਰਹੇ ਨੇ, ਜਿਸ ਤਰੀਕੇ ਦੇ ਨਾਲ ਡੱਬੇ ਜਾਣੇ ਜੇ, ਜਾਗੋ ਕੱਲੀ ਤੇ ਮੇਰੇ ਆਪਣੇ ਜਿੰਨੇ ਕੁ ਮੈਂ ਇਹ ਦੇਖ ਸਕੀਆਂ ਵਿਆਹਾਂ ਦੇ ਵਿੱਚ, ਉਹਦੇ ਵਿੱਚ ਜਿਸ ਤਰੀਕੇ ਦੀਆਂ ਗਿਫਟਸ ਇਸ ਵੇਲੇ ਸ਼ੁਰੂ ਹੋਈਆਂ ਨੇ, ਉਹ ਕੱਲੀ ਜਾਗੋ ਹੀ ਖਾ ਜਾਂਦੀ ਹੈ, ਕਈ ਵਾਰ 5-5, 7-7 ਲੱਖ ਰੁਪਇਆ ਜ਼ਿਆਦਾ ਹੀ ਖਾ ਜਾਂਦੀ ਹੈ। ਬੈਚਲਰ ਪਾਰਟੀਜ਼ ਚ ਜਿਸ ਹਿਸਾਬ ਦਾ ਇਸ ਵੇਲੇ, ਹੁਣ ਜੋ ਵੀ ਮੈਂ ਉਸ ਤੋਂ ਵੱਧ ਕਹਿਣਾ ਨਹੀਂ ਚਾਹੁੰਦੀ, ਕਿਉਂਕਿ ਉਹਦੇ ਚ ਜੋ ਕੁਛ ਵਾਪਰ ਰਿਹਾ ਜੇ ਉਹ ਮੈਨੂੰ ਲੱਗਦਾ ਕੋਈ ਵੀ ਆਪਣੇ ਆਪ ਹੀ ਖੋਲ ਕੇ ਨੈਟ ਤੇ ਵੇਖ ਸਕਦਾ ਜੇ, ਮੈਂ ਉਹ ਸ਼ਬਦ ਬੋਲਣਾ ਹੀ ਨਹੀਂ ਚਾਹੁੰਦੀ, ਕੀ ਮੈਰਿਜ ਪੈਲਸਿਸ ਦੇ, ਕੀ ਰਿੰਗ ਸੈਰੇਮਨੀ ਦੇ, ਤੇ ਭਾਜੀ ਜਿਹੜਾ ਮੈਰਿਜ ਪੈਲਸਿਸ ਵਿੱਚ ਖਾਣਾ ਵੇਸਟੇਜ ਹੈ, ਉਹ ਇਹ ਕਿਹਾ ਜਾਣ ਲੱਗ ਪਿਆ ਕਿ ਜੇ ਉਹ ਇੱਕ ਵਿਆਹ ਦਾ ਹੀ ਇੱਕ ਚੀਜ਼ ਜਿਹੜਾ ਖਾਣਾ ਵੇਸਟ ਕੀਤਾ ਜਾਂਦਾ, ਉਹ ਇੱਕ ਪਿੰਡ ਪੂਰੇ ਲਈ, ਵੇਸਟੇਜ ਦੀ ਗੱਲ ਕਰ ਰਹੀ, ਖਾਧੇ ਦੀ ਨਹੀਂ, ਉਹ ਇੱਕ ਪੂਰਾ ਪਿੰਡ ਰਜਾਉਣ ਲਈ ਕਾਫੀ ਹੁੰਦਾ ਜੇ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਇਸ ਹਿਸਾਬ ਦੇ ਖਰਚੇ ਦੇ ਨਾਲ ਵੱਧਦੇ ਜਾਂਦੇ ਡਾਇਵੋਰਸਿਸ, ਜਿਹਦੇ ਵਿੱਚ ਕਿਸੇ ਵੀ ਥਾਂ ਤੇ ਉਹਨਾਂ ਦੇ ਮਾਨਸਿਕ ਸੰਬੰਧ ਹੈ ਹੀ ਨਹੀਂ, ਯਾਨੀ ਸੰਬੰਧ ਰਿਸ਼ਤੇ ਜੋ ਜੁੜ ਰਹੇ ਨੇ, ਕਿ ਕਿੰਨਾ ਕਿਸੇ ਦਾ ਦਰਜਾ ਹੈ, ਕੌਣ ਕਿੰਨੀ ਕਿਹੜੀ ਪੋਸਟ ਤੇ ਬੈਠਾ, ਕਿਸ ਤਰੀਕੇ ਉਹਦੇ ਸਮਾਜ ਦੇ ਵਿੱਚ ਨੱਕ ਉੱਚਾ ਹੋਣਾ। ਫਿਰ ਇਹਦੇ ਨਾਲੋ ਨਾਲ ਇੱਕ ਹੋਰ ਇੰਟਰਸਟਿੰਗ ਚੀਜ਼, ਕਿ ਜਿਹੜੇ ਉਸ ਸਮੇਂ ਗਾਣੇ ਵਜਾਣੇ, ਕਿਹੜੇ ਵੱਡੇ ਐਕਟਰ ਸੱਦੇ ਜਾਣੇ, ਹੈਲੀਕਾਪਟਰ ਵੀ ਆ ਗਏ ਜੀ, ਹੈਲੀਕਾਪਟਰ ਵੀ ਆ ਗਏ, ਬਿਲਕੁਲ ਜੀ, ਉਹੀ ਮੈਂ ਅੱਗੋਂ ਹੁਣ ਗੱਲ ਕਰ ਰਹੀ ਸਾਂ, ਕਿ ਉਸ ਤੋਂ ਉੱਪਰ ਹੋਣੇ ਹੈਲੀਕਾਪਟਰ ਤੱਕ, ਮਤਲਬ ਤੁਸੀਂ ਖਰਚੇ ਦਾ ਕੋਈ ਹੱਦ ਹਿਸਾਬ ਛੱਡਿਆ ਹੀ ਨਹੀਂ। ਪਰ ਉਹਦੇ ਵਿੱਚ ਇੱਕ ਅਹਿਮ ਚੀਜ਼, ਕੁਛ ਬੱਚੇ ਜੋ ਇਸ ਦਾ ਵਿਰੋਧ ਕਰ ਰਹੇ ਸਨ, ਉਹਨਾਂ ਨੇ ਇੱਕ ਵੱਖ ਹੀ ਰਾਹ ਚੁਣ ਲਿਆ, ਲਿਵ ਇਨ ਰਿਲੇਸ਼ਨਸ਼ਿਪ। ਇਹ ਦੇਖੋ ਦੁਨੀਆਂ ਭਰ ਵਿੱਚ ਪ੍ਰਚਲਿਤ ਜੇ,
ਇਹਦੇ ਵਿੱਚ ਕੋਈ ਕਿਸੇ ਨੇ ਆਪਸ ਵਿੱਚ ਯਾਨੀ ਕੋਈ ਹੈ ਹੀ ਨਹੀਂ ਕਿ ਕਿੰਨੀ ਦੇਰ ਅਸੀਂ ਇਕੱਠੇ ਰਹਿ ਸਕਦੇ ਹਾਂ, ਰਹੋ ਨਹੀਂ ਆਪਣਾ ਤੁਰੋ ਵਾਪਸ ਆਪੋ ਆਪਣੇ ਰਾਹ, ਨਾ ਅਸੀਂ ਖਰਚਾ ਕਰਨਾ ਨਾ ਕੋਈ ਕਿਸੇ ਤੇ ਬੰਦਿਸ਼ ਆ, ਉਹ ਬਿਲਕੁਲ ਵੱਖ ਕੀਤਾ ਹੋਇਆ ਜੇ। ਨਤੀਜਾ ਕੁਛ ਗੰਭੀਰ ਇਸ ਕਾਰਨ ਹੈ ਕਿ ਦੁਨੀਆਂ ਭਰ ਵਿੱਚ ਇਸ ਵੇਲੇ ਜੋ ਦਿਸਣ ਲੱਗ ਪਏ ਨੇ ਇਨਕਰੀਜ਼ਿੰਗ ਇੰਸੀਡੈਂਟਸ ਆਫ STDs ਸੈਕਸੁਅਲੀ ਟ੍ਰਾਂਸਮਿਟਡ ਡਿਜ਼ੀਜ਼ ਵੱਧ ਰਹੀਆਂ ਨੇ, ਮਾਨਸਿਕ ਤਣਾਓ ਵੱਧ ਰਿਹਾ ਜੇ, ਜਿਸ ਦੇ ਨਾਲ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ ਤੇ ਅਰਲੀ ਡੈਥਸ ਇਹ ਸਾਡੇ ਸਾਹਮਣੇ ਇਸ ਵੇਲੇ ਆ ਰਿਹਾ ਜੇ। ਡਿਪਰੈਸ਼ਨ ਇਸ ਵੇਲੇ ਭਾਜੀ ਕਦਰ ਪ੍ਰਚਲਿਤ ਹੋ ਚੁੱਕੀ ਹੈ ਕਿਉਂਕਿ ਅਸੀਂ ਰਿਸ਼ਤਾ ਬਣਾ ਨਹੀਂ ਰਹੇ, ਅਸੀਂ ਠੋਸ ਰਹੇ ਹਾਂ ਕਿ ਭਾਈ ਮੈਂ ਉਸ ਤੋਂ ਵੱਡਾ ਕੁਛ ਕਰਕੇ ਦਿਖਾ ਸਕਦਾ, ਮੈਂ ਉਸ ਤੋਂ ਵੱਡਾ, ਤੇ ਉਹ ਹਉਮੈ ਜਿਹੜੀ ਮਰਦ ਔਰਤ ਦੀ ਉਸ ਸਮੇਂ ਉਸ ਘਰ ਵਿੱਚ ਜਿਸਨੇ ਉਹਨਾਂ ਨੂੰ ਬੰਨ੍ਹ ਕੇ ਰੱਖਣਾ ਸੀ, ਉਹ ਰਿਸ਼ਤਾ ਤਾਂ ਕਦੇ ਬਣਦਾ ਹੀ ਨਹੀਂ, ਉਹ ਆਪੋ ਵਿੱਚ ਵੀ ਉਹੀ ਉੱਥੇ ਕੰਪੈਰੀਜ਼ਨ ਹੀ ਤੁਰਿਆ ਜਾਂਦਾ ਕਿ ਤੇਰੇ ਪਿਓ ਕੋਲ ਇੰਨਾ, ਮੇਰੇ ਪਿਓ ਨੇ ਇੰਨਾ ਦਿੱਤਾ, ਯਾਨੀ ਉਹ ਇੱਕ ਜਿਹੜਾ ਇੱਕ ਦੂਜੇ ਉੱਤੇ ਅਹਿਸਾਨ ਜੋ ਇਸ ਵੇਲੇ ਸ਼ੁਰੂ ਹੋ ਚੁੱਕੇ ਨੇ, ਇਹ ਕਨਫਲਿਕਟ ਮਤਲਬ ਹੋ ਸਕਦਾ ਤੁਹਾਡੇ ਤਾਈਂ ਉਹ ਚੀਜ਼ ਨਾ ਪਹੁੰਚੀ ਹੋਵੇ, ਬਤੌਰ ਡਾਕਟਰ ਦੱਸ ਰਹੀ ਹਾਂ ਕਿ ਇਹ ਚੀਜ਼ਾਂ ਇੰਨੀਆਂ ਆਮ ਹੋ ਚੁੱਕੀਆਂ ਨੇ ਭਾਜੀ ਕਿ ਕਈ ਵਾਰ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਜਾਂਦਾ ਕਿ ਕੋਈ ਘਰ ਬਚਿਆ ਵੀ ਹੈ ਜਿੱਥੇ ਸਾਰੇ ਠੀਕ ਹੋਣ, ਕਿਉਂਕਿ ਹਰ ਰੋਜ਼ ਦੇ ਜਿਵੇਂ ਕੇਸ ਤੁਰੇ ਆਉਂਦੇ ਨੇ, ਅਜੇ ਇੱਕ ਦਿਨ ਵਿਆਹ ਹੋਇਆ ਜੀ, ਇਹਦੇ ਦੋ ਦਿਨ ਹੋਏ ਨੇ ਜੀ, ਇਹਨੂੰ ਸਵੀਅਰ ਡਿਪਰੈਸ਼ਨ ਹੋ ਗਈ ਜੀ, ਇਹਨੂੰ ਦਵਾਈ ਲੈਣੀ ਜੇ, ਤੇ ਨਾਲੋ ਨਾਲ ਭਾਜੀ ਜਿਸ ਤਰੀਕੇ ਦੇ ਐਕਸਟਰਾ ਮੈਰਿਟਲ ਰਿਲੇਸ਼ਨਸ਼ਿਪ ਸ਼ੁਰੂ ਹੋਏ ਨੇ ਉਹਦਾ ਤਾਂ ਮਤਲਬ ਕੋਈ ਗਿਣਤੀ ਕਰਨ ਵਾਲਾ ਕੋਈ ਹਿਸਾਬ ਰਿਹਾ ਹੀ ਨਹੀਂ ਕਿ ਹਰ ਬੰਦਾ ਆਪਣੇ ਆਪ ਨੂੰ ਦੂਸਰੇ ਤੋਂ ਵੱਧ ਦਿਖਾਉਣ ਲਈ ਕਿ ਅੱਛਾ ਜੀ ਮੇਰੇ ਹਸਬੈਂਡ ਨੇ ਫਲਾਣੇ ਥਾਂ ਤੇ ਉਸ ਕੁੜੀ ਨਾਲ ਜੇ ਉਹਨਾਂ ਰੱਖਿਆ, ਮੈਂ ਦੋ ਮੁੰਡਿਆਂ ਨਾਲ ਰੱਖਾਂਗੀ, ਯਾਨੀ ਇਹ ਪ੍ਰੈਕਟਿਸ ਚੱਲ ਕੰਪੈਰੀਜ਼ਨ ਬਿਲਕੁਲ। ਤੇ ਜਿਹੜੀ ਗੱਲ ਨਿੱਕੀ ਤੋਂ ਨਿੱਕੀ ਵੀ ਗੱਲ ਕਿ ਅਸੀਂ ਇਹਨੇ ਮੈਨੂੰ ਇੰਨੀ ਗੱਲ ਕਹਿਤੀ ਦਾ ਮਤਲਬ ਕਿ ਉਹ ਇਮੀਡੀਏਟਲੀ ਸਾਡੇ ਜੋ ਹੁਣ ਤਮਾਸ਼ਾ ਚੱਲਦਾ ਜੇ ਕਿ ਅਸੀਂ ਮਾਂ ਜਾਂ ਪਿਓ ਨੂੰ ਜਾਂ ਭਰਾ ਨੂੰ ਇਮੀਡੀਏਟਲੀ ਵਾਪਸ ਦੱਸਣਾ ਉਸੇ ਵੇਲੇ ਇਹਨੇ ਮੈਨੂੰ ਆ ਕਹਿਤਾ, ਉਹ ਓਨੇ ਹੀ ਭੜਕ ਕੇ ਵਾਪਸ ਕਹਿਣਗੇ ਇਹ ਕਿਆ ਹੁਣੇ ਦਿਖਾਨੇ ਆ ਅਸੀਂ, ਵਾਪਸ ਆ ਤੂੰ, ਸਾਡੀ ਉੱਥੇ ਤੱਕ ਪਹੁੰਚ ਹੈ, ਅਸੀਂ ਦੇਖ ਲੈਂਦੇ ਹਾਂ। ਇਸ ਤਰੀਕੇ ਦੇ ਹਾਲਾਤ ਬਣ ਰਹੇ ਨੇ ਕਿ ਚੁਫੇਰੇ ਗੁੱਸਾ, ਚੁਫੇਰੇ ਇਹ ਮਾਰ ਧਾੜ ਜਿਹਦੇ ਵਿੱਚ ਇੱਕ ਦੂਜੇ ਦੀ ਖੁੰਦਕ ਕਈ ਵਾਰ ਕਿਸੇ ਤੀਸਰੇ ਤੇ ਉੱਤਰ ਜਾਂਦੀ ਜੇ ਕਿ ਰਸਤੇ ਚ ਗਏ ਝਗੜਾ ਹੋਇਆ, ਇਸ ਕਦਰ ਆਪਣੇ ਤੁਸੀਂ ਗੁੱਸੇ ਦੇ ਅਟੈਕ ਨੂੰ ਕਾਬੂ ਹੀ ਨਹੀਂ ਕਰ ਸਕੇ ਕਿ ਉਹ ਦੂਸਰੇ ਨੂੰ ਜਾਨੋਂ ਮਾਰਨ ਤੱਕ ਅਸੀਂ ਪਹੁੰਚ ਜਾਂਦੇ ਹਾਂ, ਤੇ ਗੁੱਸਾ ਹੁੰਦਾ ਜੇ ਕਿ ਘਰੋਂ ਅੱਜ ਲੜਾਈ ਹੋਈ ਸੀ ਤੇ ਉਹ ਅਸੀਂ ਨਾਲ ਗੁੱਸਾ ਲੈ ਕੇ ਬਾਹਰ ਤੁਰ ਪੈਂਦੇ ਹਾਂ। ਇਹ ਮਾਹੌਲ ਜੋ ਅਸੀਂ ਸਿਰਜ ਛੱਡਿਆ ਇਹ ਡਾਢਾ ਹੀ ਖਤਰਨਾਕ ਜੇ। ਜਿਹੜੀ ਤੁਸੀਂ ਗੱਲ ਕੀਤੀ ਨਾ ਜੀ ਪ੍ਰੀ ਵੈਡਿੰਗ ਸ਼ੂਟਸ ਦੀ, ਮੈਂ ਪਿਛਲੇ ਸਾਲ ਇੱਕ ਇਹੋ ਜਿਹਾ ਹੀ ਰੌਲਾ ਨਿਬੇੜ ਕੇ ਹਟਿਆ, ਮੁੰਡਾ ਕੁੜੀ ਇੱਥੋਂ ਚਲੇ ਗਏ ਪ੍ਰੀ ਨਾਲ, ਦੋ ਉਹ ਕੁੜੀ ਦੀ ਭਾਬੀ ਤੋਰਤੀ ਕਰਦਿਆਂ ਨੇ ਵੀ ਭਾਈ ਤੂੰ ਚੱਲ ਨਾਲ ਜਾ ਬੜਾ, ਉੱਥੇ ਉਹ ਮੁੰਡੇ ਨੇ ਕੀ ਕਿਹਾ ਕੀ ਨਾ ਕਿਹਾ ਭਾਬੀ ਨੂੰ ਮਨਾ ਲਿਆ ਵੀ ਅਸੀਂ ਦੋਨੇ ਇਕੱਠੇ ਰਾਤ ਨੂੰ ਪੈ ਜਾਈਏ, ਜੁੰਡੋ ਜੁੰਡੀ ਹੋ ਗਏ ਜੀ ਰਾਤ ਨੂੰ, ਸਵੇਰ ਚੜ੍ਹ ਕੇ ਘਰੇ ਆ ਗਏ, ਮੈਂ ਨਹੀਂ ਵਿਆਹ ਕਰਾਉਂਦਾ, ਕਹਿੰਦਾ ਮੁੰਡਾ ਕਹਿੰਦਾ ਮੈਂ ਤਾਂ ਵਿਆਹ ਨਹੀਂ ਕਰਾਉਂਦਾ, ਇਹ ਤਾਂ ਵਰਜਨ ਨਹੀਂ ਹੈ ਫਲਾਨਾ ਧਿਮਕਾ, ਪੂਰਾ ਕਲੇਸ਼ ਪੈ ਗਿਆ ਜੀ ਘਰ, ਤਿੰਨ ਪੱਟੇ ਗਏ ਸੀ, ਉਹ ਜਿਹੜੀ ਵਿਚਾਰੀ ਨਹੁੰ ਗਈ ਸੀ ਉਸ ਘਰ ਦੀ ਉਹਦਾ ਵੀ ਹੋ ਗਿਆ ਵੀ ਤੂੰ ਕਿਉਂ ਭਾਈ, ਤੈਨੂੰ ਤਾਂ ਸਿਆਣੀ ਸਮਝ ਕੇ ਨਾਲ ਤੋਰਿਆ ਸੀ।
ਮੈਨੂੰ ਫਿਰ ਵਿੱਚ ਬਹਿਣਾ ਪਿਆ ਅਤੇ ਮੈਂ ਕਿਹਾ ਵੀ ਚੁੱਪ ਕਰਕੇ ਕਰਾ ਲਾ, ਬੰਦੇ ਦਾ ਪੁੱਤ ਨਹੀਂ ਤਾਂ ਪਰਚਾ ਦਰਜ ਕਰਾਵਾਂਗੇ, ਠੀਕ ਹੈ ਜੀ। ਤੂੰ ਮੈਂ ਕਿਹਾ ਫਿਰ ਉਹੀ ਗੱਲ ਹੋਈ ਵੀ ਇਹ ਪ੍ਰੀ ਵੈਡਿੰਗ ਨੇ ਹੀ ਜਿਹੜੇ ਅੱਧੇ ਘਰ ਪੱਟਤੇ ਜੀ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਭਾਜੀ ਜਿਸ ਹਿਸਾਬ ਨਾਲ ਅਸਲ ਚ ਜਿਵੇਂ ਹੁਣ ਤੁਸੀਂ ਵਰਜਿਨਿਟੀ ਦੀ ਗੱਲ ਕੀਤੀ, ਸ਼ਾਇਦ ਮੈਨੂੰ ਲੱਗਦਾ ਕਿ ਮੈਨੂੰ ਇਹ ਬਹੁਤੀ ਗੱਲ ਖੋਲ ਕੇ ਕਰਨੀ ਵੀ ਨਹੀਂ ਚਾਹੀਦੀ ਕਿਉਂਕਿ ਸਮਾਜ ਹੈ ਹੀ ਬੜਾ ਅਜੀਬ ਕਿਸਮ ਦਾ, ਪਰ ਬਹੁਤ ਸਾਰੀਆਂ ਅਣਜਾਣੀਆਂ ਕੁੜੀਆਂ ਜੋ ਮਾਪਿਆਂ ਨੂੰ ਸ਼ਾਇਦ ਉਹਨਾਂ ਨੂੰ ਅੰਦਾਜ਼ਾ ਹੀ ਨਹੀਂ ਹੁੰਦਾ ਇਸ ਕਾਰਨ ਕਿ ਉਹ ਨਾਬਾਲਗ ਬੇਟੀਆਂ ਕਈ ਵਾਰ ਸਾਡੇ ਕੋਲ ਪਹੁੰਚ ਜਾਂਦੀਆਂ ਨੇ ਕਿ ਇਸ ਤਰ੍ਹਾਂ ਦਾ ਅਸੀਂ ਕੰਮ ਕਰ ਆਈਆਂ, ਘਰ ਨਹੀਂ ਪਤਾ, ਪਰ ਸਾਨੂੰ ਹੁਣ ਦੱਸ ਦਿਓ ਕਿ ਜ਼ਰਾ ਕੁ ਖਿਆਲ ਨਾਲ ਸੁਣਿਓ ਕਿ ਅਸੀਂ ਕਿਹੜੀ ਦਵਾਈ ਖਾ ਸਕਦੇ ਹਾਂ ਤੇ ਪਲੱਸ ਅਸੀਂ ਕੀ ਆਪਣੀ ਵਰਜਿਨਿਟੀ ਨੂੰ ਦਿਖਾਉਣ ਲਈ ਵਾਪਸ ਕੀ ਕਰ ਸਕਦੇ ਹਾਂ, ਕੀ ਕੋਈ ਓਪਰੇਸ਼ਨ ਕਰਵਾ ਲਈਏ ਜਾਂ ਕੁਛ ਤਰੀਕੇ ਨਾਲ ਜਿਹਦੇ ਨਾਲ ਪਤਾ ਨਾ ਲੱਗੇ ਅੱਗੋਂ ਇਹ ਚੀਜ਼ ਕੀਤੀ ਗਈ। ਯਾਨੀ ਇਸ ਹਿਸਾਬ ਤੱਕ ਨਾਬਾਲਗ ਬੇਟੀਆਂ ਆ ਕੇ ਸਕੂਲਾਂ ਦੀਆਂ ਪੁੱਛਦੀਆਂ ਨੇ ਸਵਾਲ ਹੁਣ, ਜਿਨ੍ਹਾਂ ਦੇ ਪੇਰੈਂਟਸ ਨੂੰ ਕਿਤੇ ਦੂਰ ਦਰੇਡੇ ਤੱਕ ਦਾ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਉਹਨਾਂ ਦੀਆਂ ਬੇਟੀਆਂ ਇਸ ਤਰੀਕੇ ਕਿਸੇ ਨਾਲ ਸੰਬੰਧ ਬਣਾ ਆਈਆਂ ਨੇ। ਸੋ ਇਹਨੂੰ ਕੋਈ ਇੰਨੀ ਜ਼ਿਆਦਾ ਐਬਨੋਰਮਲ ਅਸੀਂ ਇਸ ਵੇਲੇ ਜੇ ਸਮਝਾਂਗੇ ਤਾਂ ਫਿਰ ਇਹਦਾ ਮਤਲਬ ਹੈ ਸਾਨੂੰ ਪਤਾ ਹੀ ਨਹੀਂ, ਅਸੀਂ ਅੱਖਾਂ ਮੀਚ ਕੇ ਬੈਠੇ ਹਾਂ ਕਿਉਂਕਿ ਜਿਸ ਤਰੀਕੇ ਦੀਆਂ ਰੇਵ ਪਾਰਟੀਜ਼, ਜਿਸ ਤਰੀਕੇ ਦੀਆਂ ਹੁੱਕਾ ਪਾਰਟੀਜ਼, ਜਿਸ ਤਰੀਕੇ ਦੇ ਇਸ ਵੇਲੇ ਨੌਜਵਾਨ ਬੇਟੀਆਂ ਸ਼ਾਮਲ ਹੋ ਰਹੀਆਂ ਨੇ ਉਹਨਾਂ ਵਿੱਚ, ਉਹ ਵਾਕਈ ਖਤਰਨਾਕ। ਜੇ ਮੈਂ ਸ਼ਿਮਲੇ ਚ ਪੇਪਰ ਲੈਣ ਗਈ ਸਾਂ ਹੁਣ ਉਹਨਾਂ ਦੇ MBBS ਦੇ, ਉੱਥੇ ਤੁਸੀਂ ਕਮਾਲ ਦੇਖੋ ਕਿ ਛੋਟੀਆਂ ਬੇਟੀਆਂ ਜਿਵੇਂ ਜਿਨ੍ਹਾਂ ਦੇ ਕੋਈ ਇਹੋ ਜਿਹੀ ਨਹੀਂ ਕਿ ਉਹਨਾਂ ਨੂੰ ਕੋਈ ਲੁਕਾ ਰੱਖ ਰਹੀਆਂ ਸਨ, ਇਹੋ ਜਿਹੇ ਬੱਚੇ ਦਾਖਲ ਸਨ ਬੇਟੀਆਂ ਵੀ, ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਉਹ ਪਹਿਲਾਂ ਵੱਡੇ ਹੁੱਕਾ ਪੀਂਦੇ ਸਨ ਤੇ ਹੁਣ ਉਹ ਬੇਟੀਆਂ ਆਰਾਮ ਨਾਲ ਸ਼ਾਮਲ ਹੋ ਰਹੀਆਂ ਨੇ। ਯਾਨੀ ਮਾਵਾਂ ਵੀ ਨੇ, ਉਹਨਾਂ ਦੇ ਪਿਓ ਵੀ ਨੇ ਤੇ ਬੇਟੀਆਂ ਉਹ ਵੀ ਲੈ ਰਹੀਆਂ ਨੇ। ਯਾਨੀ ਇਹ ਇੰਨੀ ਕੁ ਆਮ ਚੀਜ਼ ਉਹਨਾਂ ਨੂੰ ਲੱਗ ਰਹੀ ਸੀ ਜੋ ਮੇਰੇ ਲਈ ਬੜੀ ਅਜੀਬ ਸੀ, ਪਰ ਜਦੋਂ ਪਤਾ ਹੋਵੇ ਕਿ ਪਟਿਆਲੇ ਵਰਗੇ ਸ਼ਹਿਰ ਵਿੱਚ ਵੀ ਜਾਂ ਬਠਿੰਡੇ ਵਿੱਚ ਵੀ ਇਹੋ ਜਿਹੇ ਹੈਗੇ ਨੇ ਜਿੱਥੇ ਸੈਂਟਰ, ਜਿੱਥੇ ਯਾਨੀ ਅੱਡੇ ਜਿੱਥੇ ਬੇਟੀਆਂ ਜਾ ਰਹੀਆਂ ਨੇ, ਸਾਨੂੰ ਹੁਣ ਤਾਂ ਪਤਾ ਹੀ ਹੈ ਵੀ ਇਹ ਚੱਲ ਰਹੇ ਨੇ। ਸੋ ਆਪਾਂ ਇਸ ਚੀਜ਼ ਚੋਂ ਕੀ ਲੁਕਾ ਰੱਖੀਏ, ਜਿੱਥੇ ਡਰੱਗਸ ਆਮ ਹੋ ਚੁੱਕੇ ਹੋਣ ਉੱਥੇ ਆਪਾਂ ਇਹ ਕਹੀਏ ਕਿ ਇਸ ਤਰੀਕੇ ਦੀ ਕੋਈ ਤਬਦੀਲੀ ਦੇ ਵਿੱਚ ਆਪਾਂ ਉਮੀਦ ਰੱਖ ਰਹੇ ਹਾਂ, ਛੇਤੀ ਲੱਗਦਿਆਂ ਨਹੀਂ ਕੁਛ। ਜੀ ਕਾਲ ਲੈ ਲਈਏ ਜੀ। ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ 94.4 ਤੇ। 99 ਵਾਲੀਆ ਸਾਹਿਬ ਤੇ ਭੈਣ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਮਨੋਜ ਸਿੰਘ ਬੋਲ ਰਿਹਾ ਨਿਊਯਾਰਕ ਤੋਂ। ਜੀ ਮਨੋਜ ਸਿੰਘ ਜੀ, ਮੈਂ 89 ਦੇ ਵਿੱਚ ਭੈਣ ਜੀ ਜਦੋਂ ਵਿਆਹ ਕਰਾਉਣ ਗਿਆ ਨਾ ਤੇ ਮੈਂ ਘਰੇ ਜਾ ਕੇ ਮੇਰੇ ਪਾਪਾ ਜੀ ਨੂੰ ਕਿਹਾ ਵੀ ਮੈਂ ਦਾਜ ਨਹੀਂ ਲੈਣਾ। ਤੇ ਉਹ ਮੈਨੂੰ ਉਹ ਉੱਠ ਕੇ ਮੰਜੇ ਤੋਂ ਮੇਰੇ ਮੋਢੇ ਤੇ ਹੱਥ ਰੱਖ ਕੇ ਭੈਣ ਜੀ ਕਹਿੰਦੇ ਵੀ ਪੁੱਤ ਤਕੜਾ ਰਹੀ ਆਪਦੀ ਗੱਲ ਦੇ ਉੱਤੇ। ਮੈਂ ਕਿਹਾ ਕਿਵੇਂ ਪਾਪਾ ਜੀ? ਕਹਿੰਦੇ ਇਹ ਸਮਾਜ ਦੀ ਉਹ ਬੁਰਾਈ ਆ ਜਿਹਦੇ ਅੱਗੇ ਲੋਕਾਂ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ। ਕਹਿੰਦੇ ਮੈਂ ਤੈਨੂੰ ਦੱਸਦਾ ਹੋਣਾ ਕੀ ਆ। ਕਹਿੰਦੇ ਰਿਸ਼ਤੇਦਾਰ ਰੁੱਸ ਕੇ ਭੱਜਣੇ ਆ, ਤੂੰ ਮਨਾਉਣ ਜਾਈ ਨਾ ਤੇ ਮੈਂ ਮਨਾਉਣ ਜਾਂਦਾ ਨੀ, ਆਪਦੀ ਗੱਲ ਤੇ ਪੱਕਾ ਰਹੀ। ਸੋ ਇਹ ਉਹ ਸਮਾਜ ਦੀ ਬੁਰਾਈ ਆ, ਜਿੰਨੀ ਜ਼ਿਆਦਾ ਕਰੀ ਜਾਵੇ ਉਨੀ ਜ਼ਿਆਦਾ ਆ। ਤੇ ਬਾਕੀ ਦਾਨੇਵਾਲੀਆ ਸਾਹਿਬ ਤੁਸੀਂ ਆ ਕੇ ਦੇਖ ਹੀ ਗਏ ਆ, ਬਿਨਾਂ ਲੜਕਾ ਪੂਰਾ ਕਾਬਲ, ਜ਼ਮੀਨ ਜਾਇਦਾਦ ਸੋਹਣੀ, ਉਹ ਕਹਿੰਦੇ ਜੀ ਅਸੀਂ ਪੰਜੀ ਵੀ ਨੀ ਲੈਣੀ।
ਜਦੋਂ ਗਏ ਵੇਖ ਲਿਆ ਵੀ ਮੁੰਡਾ ਵੀ ਸਿਆਣਾ ਹੈ, ਕੰਮ ਕਾਜ ਵੀ ਕਰਦਾ ਹੈ, ਕੋਈ ਕਰਜ਼ਾ ਵੀ ਨਹੀਂ ਹੋਰ। ਕਹਿੰਦੇ ਜੀ ਪੈਸਾ ਕਿਉਂ ਨਹੀਂ ਲਵਾ ਰਹੇ? ਮੈਂ ਕਿਹਾ ਜੀ ਨਹੀਂ ਲਵਾਉਂਦਾ ਪਰਿਵਾਰ ਪੈਸਾ। ਉਹ ਕਹਿੰਦੇ ਵੀ ਕੀ ਲੋੜ ਹੈ? ਕਹਿੰਦੇ ਫਿਰ ਜਵਾਬ ਦੇ ਦਿਓ ਕੋਈ ਵਜ੍ਹਾ ਕੋਈ। ਕਹਿੰਦੇ ਬਾਝ ਹੋਊ ਮੁੰਡੇ 'ਚ, ਇਹੋ ਜਿਹੇ ਵੀ ਲੋਕ ਹੈਗੇ ਨੇ। ਦੱਸੋ। ਬਿਲਕੁਲ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ, ਪਰ ਮੈਂ ਇਸ ਮਾਮਲੇ 'ਚ ਸ਼ੁਕਰ ਹੈ ਰੱਬ ਦਾ ਕਿ ਮੇਰੇ ਕੋਲ ਇਹੋ ਜਿਹਾ ਸਬੂਤ ਹੈ ਜਿੱਥੇ 800 ਦੇ ਕਰੀਬ ਕਰੀਬ ਵਿਆਹ, ਕਿਉਂਕਿ ਮੈਂ ਮਲੇਸ਼ੀਆ ਵੀ, ਹੋਰ ਕਈ ਮੁਲਕਾਂ 'ਚ, ਈਵਨ ਪਾਕਿਸਤਾਨ ਵਿੱਚ, ਇੱਥੇ ਵੀ, ਭਾਰਤ ਵਿੱਚ ਵੱਖੋ ਵੱਖਰੀਆਂ ਥਾਵਾਂ 'ਤੇ, ਈਵਨ ਕੈਨੇਡਾ ਵਿੱਚ ਵੀ, ਜਿਵੇਂ ਉਹਨਾਂ ਨੇ ਜ਼ਿਕਰ ਨਿਊਯਾਰਕ ਤੋਂ ਕੀਤਾ, ਤਾਂ ਅਸੀਂ ਕਾਫੀ ਸਾਰੇ ਬੱਚੇ ਸ਼ਾਮਿਲ ਕੀਤੇ ਸੀ। ਨੋ ਡਾਊਰੀ ਕੈਂਪੇਨ ਸ਼ੁਰੂ ਕੀਤਾ ਸੀ ਅਸੀਂ ਅੱਜ ਤੋਂ 9 ਕੁ ਵਰੇ ਪਹਿਲਾਂ, ਤੇ ਉਹਦੇ ਅਧੀਨ ਕਾਫੀ ਬੱਚੇ ਜੋ ਸਾਡੇ ਨਾਲ ਜੁੜੇ ਸਨ ਵੱਖੋ ਵੱਖਰੇ ਮੁਲਕਾਂ ਵਿੱਚ, ਉਹਨਾਂ ਨੇ ਬਕਾਇਦਾ ਇਹ ਕਰਕੇ ਆਪ ਮੰਨਿਆ ਕਿ ਹਾਂਜੀ ਅਸੀਂ ਬਿਨਾਂ ਦਾਜ ਦੇ ਵਿਆਹ ਕੀਤਾ। ਬਿਲਕੁਲ ਮਨੋਹਰ ਸਿੰਘ ਜੀ ਵਰਗੇ, ਸ਼ੁਕਰ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਹੁਣ ਹੋਰ ਇਸ ਮਾਮਲੇ ਵੱਲ ਨੂੰ ਤੁਰੇ ਨੇ, ਪਰ ਇਹ ਗਿਣਤੀ ਬਹੁਤ ਘੱਟ ਜੇ। ਤੇ ਮੈਂ ਉਹਨਾਂ ਨਾਲ ਸਹਿਮਤ ਹਾਂ ਕਿ ਜਦੋਂ ਦਾਜ ਦੀ ਨਾ ਕੀਤੀ ਜਾਵੇ ਤਾਂ ਹਮੇਸ਼ਾ ਪਹਿਲੀ ਗੱਲ ਇਹ ਖੁਰਦੀ ਹੈ ਵੀ ਇਹਦਾ ਮਤਲਬ ਹੈ ਕੋਈ ਨੁਕਸ ਹੀ ਹੋਏਗਾ ਜਿਹੜਾ ਇਹ ਮੁੰਡਾ ਇਸ ਤਰੀਕੇ, ਯਾਨੀ ਇਹ ਸੋਚਿਆ ਹੀ ਨਹੀਂ ਜਾਂਦਾ ਕਿ ਭਾਈ ਉਸ ਤੋਂ ਬਗੈਰ ਹੋ ਸਕਦੀ ਹੈ। ਮੈਂ ਆਪ ਵੀ ਆਪਣੀ ਬੇਟੀ ਲਈ ਵੀ ਸੇਮ ਹੀ ਮੈਂ ਕਿਹਾ ਸੀ ਜੀ ਕਰ ਰਹੀ, ਉੱਥੇ 1 ਰੁਪਈਆ ਵੀ ਨਹੀਂ ਦੇਣਾ। ਸੋ ਇਸ ਤਰੀਕੇ ਦਾ ਅਸੀਂ ਵੀ ਇਗਜ਼ਾਮਪਲ ਸੈੱਟ ਕੀਤੀ ਹੈ ਵੀ ਅਸੀਂ ਦੇਣਾ ਹੀ ਨਹੀਂ। ਤਾਂ ਯਾਨੀ ਇੰਜ ਜੇ ਅਸੀਂ ਰੈਗੂਲਰ ਇੱਕ ਇੱਕ ਐਗਜ਼ਾਮਪਲ ਹੀ ਬਣ ਕੇ ਸ਼ਾਇਦ ਸਾਹਮਣੇ ਆ ਜਾਈਏ ਤਾਂ ਕੁਝ ਨਾ ਕੁਝ ਰੁਕੇਗਾ। ਪਰ ਭਾਜੀ ਜਿਸ ਤਰੀਕੇ ਦੀ ਇਹ ਇੰਡਸਟਰੀ ਬਣ ਚੁੱਕੀ ਹੈ, ਰੌਲਾ ਤਾਂ ਇੰਡਸਟਰੀ ਦਾ ਹੈ, ਬਿਲਕੁਲ ਰੌਲਾ ਇੰਡਸਟਰੀ ਦਾ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਤੁਸੀਂ ਉੱਥੇ ਜਾਂਦੇ ਹੋ ਨਾ ਵਿਆਹ ਦੇ, ਚਲੋ ਜੇ ਤੁਸੀਂ ਘੱਟ ਵੀ ਕਰਨਾ ਚਾਹੁੰਦੇ ਤਾਂ ਉਹ ਨਾਲ ਕਹਿ ਦਿੰਦੇ ਜੀ ਆਪਾਂ ਬੱਚੇ, ਹੁਣ ਮੈਂ ਤਾਂ ਹੈਰਾਨੀ ਦੀ ਗੱਲ ਹੈ, ਵਿਆਹ ਨਾ ਹੋ ਗਏ, ਪਿਕਨਿਕ ਸਪੋਟ ਹੋ ਗਿਆ, ਬੱਚਿਆਂ ਦੇ ਖੇਡਣ ਵਾਸਤੇ ਸਲਾਈਡਸ ਲਾਤੀਆਂ ਜੀ, ਬੱਚਿਆਂ ਦੇ ਖੇਡਣ ਦੇ ਲਈ ਉੱਥੇ ਆਹ ਚੀਜ਼ ਲਾਤੀ ਜੀ, ਹੁਣ ਸੈਲਫੀ ਸਪੋਟ ਬਣਾ ਤੇ। ਮੈਂ ਫਰੀਦਕੋਟ ਗਿਆ ਇੱਕ ਵਿਆਹ 'ਤੇ, ਉਹ ਅੱਡ ਜੇ ਸੈਲਫੀ ਸਪੋਟ ਬਣਾ ਰੱਖੇ ਆ, ਵਿਆਹਾਂ ਦੇ ਵਿੱਚ ਰੀਲਾਂ ਬਣਾਈ ਜਾਂਦੇ ਨੇ ਲੋਕ, ਹੈਰਾਨੀ ਹੋਈ ਪਈ ਆ। ਨਹੀਂ ਬਿਲਕੁਲ ਜੀ, ਹੁਣ ਇੱਕ ਹੋਰ ਵੀ ਨਵੀਂ ਚੀਜ਼ ਜੋ ਅਸੀਂ ਰੀਸੈਂਟਲੀ ਹੁਣ ਜਾ ਕੇ ਆਏ ਹਾਂ, ਉਹ ਉੱਥੇ ਐਂਟਰੀ 'ਤੇ ਉਹਨਾਂ ਨੇ ਮਤਲਬ ਸ਼ਗਨ ਦੇ ਲਿਫਾਫਿਆਂ ਦੀ ਥਾਂ 'ਤੇ ਪੇਟੀਐਮ ਦੇ ਲਾਏ ਹੋਏ ਆ ਸਕਰੀਨ, ਕਿ ਤੁਸੀਂ ਇੱਥੋਂ, ਯਾਨੀ ਹਾਸੇ ਮਜ਼ਾਕ ਵਾਲੀ ਗੱਲ ਹੀ ਹੋ ਗਈ ਕਿ ਤੁਸੀਂ ਐਂਟਰੀ 'ਤੇ ਉਹ ਸ਼ਗਨ ਉੱਥੇ ਹੀ ਦੇ ਕੇ ਫੇਰੀ ਅੰਦਰ ਵੜੋ। ਯਾਨੀ ਬਹੁਤ, ਯਾਨੀ ਇੰਨਾ ਜ਼ਿਆਦਾ ਅਸੀਂ ਇਸ ਤਰੀਕੇ ਦਾ, ਹੁਣ ਜੋ ਅਸੀਂ ਨਵੀਂ ਤੋਂ ਨਵੀਂ ਚੀਜ਼ ਨਿਕਲੀ ਆਉਂਦੀ ਹੈ, ਤੇ ਇਹ ਇੰਡਸਟਰੀ ਦੇ ਵਿੱਚ ਭਾਜੀ ਜਿਸ ਤਰੀਕੇ ਨਾਲ ਸਿਰਫ ਇੱਕ ਵਾਲ ਬਣਾਉਣੇ, ਇੱਕ ਪਿੰਡ ਦੇ ਵਿੱਚ ਵੀ ਇੱਕ ਬੇਟੀ ਜੇ ਉਹ 20 ਤੋਂ 25 ਹਜ਼ਾਰ ਰੁਪਏ ਇਕੱਲੀ ਇੱਕ ਵਾਲਾਂ ਦੇ ਪਿਆਰੇ ਵਾਸਤੇ ਜਿਹਨੂੰ ਲਾਣੇ ਪੈ ਜਾਣ, ਤਾਂ ਭਾਜੀ ਜਿਹੜੇ ਕਿਸਾਨ ਖੁਦ ਵੱਲ ਨੂੰ ਤੁਰੇ ਨੇ ਉਹਨਾਂ ਤੋਂ ਮੰਗ ਕੀਤੀ ਜਾਂਦੀ ਜੇ ਉਹ ਕੀ ਕਰਨ ਬੇਟੀਆਂ ਵਿਆਹਣ ਲਈ, ਕਿਉਂਕਿ ਇਹ ਲੋਕ ਜੋ ਐਗਜ਼ਾਮਪਲ ਸੈੱਟ ਕਰਦੇ ਨੇ ਸਾਡੇ ਸਾਹਮਣੇ ਉਹ ਸਾਰੇ ਮੰਗਦੇ ਨੇ ਕਿ ਧੀ ਜੰਮੀ ਜੇ ਤਾਂ ਫਿਰ ਇੰਨਾ ਖਰਚਾ ਤੁਸੀਂ ਸਾਨੂੰ ਕਰੋ। ਉਹ ਇੱਕ ਕਾਰਨ ਬਣਦਾ ਜਾਂਦਾ ਜੇ ਕਿ ਕੁੱਖ ਵਿੱਚ ਧੀਆਂ ਮਾਰੀਆਂ ਜਾਂਦੀਆਂ ਨੇ ਕਿ ਇੰਨਾ ਅਸੀਂ ਦੇ ਹੀ ਨਹੀਂ ਸਕਣਾ, ਕਿਉਂਕਿ ਜਦੋਂ ਤੋਂ ਉਹਨਾਂ ਵਿਆਹਿਆ ਜਾਣਾ ਤੋਂ ਲੈ ਕੇ ਹਰ ਤਿਉਹਾਰ ਅੱਗੋਂ ਤੇ ਮਰਨ ਤੱਕ ਵੀ ਜਿਹੜਾ ਉਹ ਉੱਪਰਲੀ ਸ਼ਾਲ ਉਹ ਵੀ ਪੇਕਿਓ ਹੀ ਪਹਿਲਾਂ ਜਾਣੀ ਹੈ, ਕੋਈ ਅਸੀਂ ਮਤਲਬ ਉਹਨਾਂ ਨੂੰ ਨਿਚੋੜ ਸੁੱਟਦੇ ਹਾਂ ਮਾਂ ਤੇ ਪਿਓ ਨੂੰ, ਤੇ ਨਾਲ ਇੱਕ ਸਮਾਜ ਹੀ ਇਹ ਚੀਜ਼ ਕਹਿ ਦਿੰਦਾ ਕਿ ਧੀ ਤੋਰਨੀ ਹੈ ਜੀ ਤੁਹਾਡਾ ਸਿਰ ਨੀਵਾਂ ਹੋ ਗਿਆ। ਦੱਸੋ, ਅਜੀਬ ਕਿਸਮ ਦੇ ਅਸੀਂ ਰਿਵਾਜ਼ ਸਾਰੇ ਦੇ ਸਾਰੇ ਧਰ ਛੱਡੇ ਨੇ, ਜਿਹਦੇ ਵਿੱਚ ਕਿਸੇ ਹੀ ਪਾਸੇ ਗਰੀਬ ਲਈ ਤਾਂ ਜੀਣਾ ਔਖਾ ਕਰ ਦਿੱਤਾ ਦੁੱਬਰ ਹੋ ਗਿਆ ਜੀ ਉਹਨਾਂ ਲਈ ਤਾਂ।
ਆਮ ਪਰਿਵਾਰ ਸਧਾਰਨ ਪਰਿਵਾਰਾਂ ਦੀ ਵੀ ਦੁੱਬਰ ਹੋਇਆ ਪਿਆ ਜੀ। 2500-2600 ਰੁਪਇਆ ਪਰ ਪਲੇਟ ਨੋਰਮਲ ਰੇਟ ਹੋ ਗਿਆ ਜੀ। ਦੱਸੋ 5-star ਦੇ ਵਿੱਚ ਵੀ ਰੋਟੀ ਖਾਣ ਜਾਓ ਤੁਹਾਡਾ 1000 ਰੁਪਏ ਦੇ ਵਿੱਚ ਡੰਗਾ ਟੱਪ ਜਾਂਦਾ। ਬੂਫੇ 1500-1800 ਦਾ ਬੂਫੇ ਹੁੰਦਾ ਉੱਥੇ, ਪਤਾ ਨੀ ਬਿਲਕੁਲ ਤੇ ਬਿਲਕੁਲ। ਪਰ ਗੱਲ ਉੱਥੇ ਹੀ ਮੁੱਕਦੀ ਹੈ ਨਾ ਜੀ ਫਿਰ, ਕਿ ਜਦੋਂ ਇੰਨੀ ਇੰਨੀ ਵੇਸਟੇਜ ਜਿੱਥੇ ਹੋਣੀ ਜੇ, ਕਿ ਇੱਕ ਇੱਕ ਵਿਆਹ ਚੋ ਜੇ ਇੱਕ ਪਿੰਡ ਖਾਏ ਤਾਂ ਤੁਸੀਂ ਸਮਝੋ ਤਾਂ ਸਹੀ ਕਿ ਚੁਫੇਰੇ ਵਿਆਹਾਂ ਦੇ ਸੀਜ਼ਨ ਵਿੱਚ ਅਸੀਂ ਕਿਸ ਹਿਸਾਬ ਦੀ ਬਰਬਾਦੀ ਕਰਦੇ ਹਾਂ। ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਇਹ ਬਹੁਤ ਜ਼ਿਆਦਾ ਤੁਹਾਨੂੰ ਹੈਰਾਨੀ ਲੱਗੇਗੀ ਕਿ ਭੁੱਖਮਰੀ ਦੇ ਸ਼ਿਕਾਰ ਜਿਹੜੇ ਬੱਚੇ ਨੇ ਉਹਨਾਂ ਦੀ ਗਿਣਤੀ ਵਧਣ ਲੱਗ ਗਈ। ਉਹ ਪੰਜਾਬ ਜਿਹੜਾ ਸਾਰੇ ਮੁਲਕ ਨੂੰ ਰਜਾਉਂਦਾ ਹੈ, ਉਹਦੇ ਵਿੱਚ ਹੀ ਭੁੱਖਮਰੀ ਦੇ ਇੱਕ ਪਾਸੇ ਸਾਡੇ ਬੱਚੇ ਆਉਂਦੇ ਹੋਣ, ਹੁਣ ਸ਼ਾਮਿਲ ਹੋਣ, ਤੇ ਜਿੱਥੇ ਲਹੂ ਦੀ ਕਮੀ ਨਾਲ ਪੀੜਿਤ ਜਿਹੜੀਆਂ ਔਰਤਾਂ ਉਹ ਜੂਝ ਰਹੀਆਂ ਹੋਣ, ਉਹਨਾਂ ਦੀ ਗਿਣਤੀ ਪਹੁੰਚੀ ਹੋਵੇ 60% ਤੇ, ਤੁਸੀਂ ਹਿਸਾਬ ਲਾ ਲਓ ਕਿ ਅਸੀਂ ਇਹ ਕਰ ਕੀ ਰਹੇ ਹਾਂ ਤੇ ਅਖੀਰ ਵਿੱਚ ਇਹ ਕਿੱਥੇ ਨੂੰ ਜਾ ਕੇ ਮੋੜਾ ਪਏਗਾ। ਕਿਉਂਕਿ ਜਿਸ ਤਰੀਕੇ ਇਸ ਇੰਡਸਟਰੀ ਨੇ ਭਰਮਾਉਣਾ ਸ਼ੁਰੂ ਕੀਤਾ ਐਡਵਰਟਾਈਜ਼ਮੈਂਟਸ ਰਾਹੀਂ ਕਿ ਭਾਈ ਜੇ ਆਹ ਵਾਲਾ ਗਹਿਣਾ ਨਾ ਪਾਇਆ ਤਾਂ ਮਤਲਬ ਤੁਸੀਂ ਆਪਣੇ ਧੀ ਨੂੰ ਪਿਆਰ ਹੀ ਨਹੀਂ ਕਰਦੇ, ਤੇ ਤੁਹਾਡਾ ਜਿਹੜਾ ਜਵਾਈ ਹੈ ਉਸ ਨੂੰ ਤੁਸੀਂ ਹੇਠੀ ਕਰ ਰਹੇ ਹੋ। ਤਾਂ ਤੁਸੀਂ ਸਮਝ ਰਹੇ ਹੋ ਕਿ ਦੋਨਾਂ ਨੂੰ ਕਿਸ ਤਰੀਕੇ ਉਕਸਾਇਆ ਜਾਂਦਾ ਕਿ ਭਾਈ ਇਹ ਤਾਂ ਹੁਣ ਪਿਓ ਦੇ ਉੱਤੇ ਭਾਰ ਪੈ ਗਿਆ, ਉਹਨੂੰ ਕਰਨਾ ਹੀ ਪਊਗਾ, ਵੀ ਨਹੀਂ ਤਾਂ ਜੀ ਉਹਦੀ ਜਵਾਈ ਦੀ ਹੇਠੀ ਹੈ ਜੀ। ਬਿਲਕੁਲ ਜੀ, ਕਾਰਾਂ ਆ ਗਈਆਂ ਨੇ, ਕਹਿੰਦੇ ਰੋਲਸ ਰੋਇਸ, ਜੀ ਵੈਗਨ, 3-3 ਲੱਖ ਰੁਪਇਆ ਦਿਹਾੜੀ ਦਾ ਕਿਰਾਇਆ, ਮੈਂ ਹੈਰਾਨ ਹੈ। ਉਸ ਤੋਂ ਬਿਨਾਂ ਇੱਕ ਵਿੰਟੇਜ ਆ ਗਈ ਜੀ, ਵਿੰਟੇਜ ਆ ਗਈ 15-15 ਲੱਖ ਵੀ, ਤੁਸੀਂ ਉਹ ਵਿੰਟੇਜ ਆਉਂਦੀ ਹੈ ਸਿਰਫ ਤੁਹਾਨੂੰ 1/2 ਕਿਲੋਮੀਟਰ ਬਾਹਰ ਲਾ ਕੇ ਜਿਵੇਂ ਘੋੜੀ 'ਤੇ ਚੜ੍ਹ ਕੇ ਅੰਦਰ ਜਾਂਦੇ ਹੈ ਨਾ, ਬਸ ਉਨਾ ਕੀ ਹੈ ਜੀ ਉਹ, ਕਿਉਂਕਿ ਉਹ ਸਟਾਰਟ ਸਟੂਟ ਤੁਹਾਨੂੰ ਪਤਾ ਬਾਹਲੀਆਂ ਤਾਂ ਚੱਲਦੀਆਂ ਨਹੀਂ, ਓਪਨ ਟਾਈਪ 'ਤੇ ਉਹ ਬਸ ਉਨਾ ਕੁ ਲੈ ਜਾਂਦੀਆਂ ਨੇ ਅੰਦਰ ਤੁਹਾਨੂੰ ਜੀ। ਇੱਕ ਕਾਲ ਲੈ ਲਈਏ ਜੀ। ਸਤਿ ਸ਼੍ਰੀ ਅਕਾਲ ਜੀ, ਪਿੱਛੇ ਆਵਾਜ਼ ਬੰਦ ਕਰੋ ਜੀ, ਪਹਿਲਾਂ ਰੇਡੀਓ ਦੀ ਆਵਾਜ਼ ਬੰਦ ਕਰੋ ਜੀ। ਖਾਲਸਾ ਜੀ, ਰੇਡੀਓ ਦੀ ਆਵਾਜ਼ ਬੰਦ ਕਰਾਓ ਜੀ ਪਹਿਲਾਂ। ਉਹਦਾ ਕਰਤੀ ਜੀ, ਮਿਹਰਬਾਨੀ। ਹਾਂਜੀ ਹਾਂ, ਤੇ ਇਹ ਕੌਮ ਦਾ ਮਾਣ ਡਾਕਟਰ ਹਰਸਿੰਦਰ ਪਾਲ ਹੋਣੀ ਕਾਰ ਹੋਣੀ, ਤੇ ਮੇਰੇ ਕਹਿਣ ਦਾ ਮਤਲਬ ਬਈ ਜੀ ਸੁਣ ਕੇ ਤੇ ਦਿਲ ਦਿਮਾਗ ਚ ਗੱਲ ਬਿਠਾ ਲੈਣ, ਤੇ ਮੈਂ ਸਮਝਦਾ ਬਈ ਚੜ ਜਾਣਗੇ। ਔਰ ਤੁਹਾਡਾ ਬਹੁਤ ਧੰਨਵਾਦ ਜਿਹੜੇ ਉਹਨਾਂ ਨੂੰ ਲੈ ਕੇ ਆਉਂਦੇ ਹੋ, ਤੇ ਆਪਣਾ ਉਹ ਅਕਾਊਂਟ ਨੰਬਰ ਵੀ ਜ਼ਰੂਰ ਬੋਲੋ, ਤਾਂ ਕਿ ਜਾਂ ਮੈਂ ਪਤਾ ਕਰ ਲੂੰ ਬਾਅਦ 'ਚ ਕੁਛ ਪੈਸੇ ਭੇਜੀਏ। ਬਹੁਤ ਤੁਹਾਡਾ ਧੰਨਵਾਦ। ਮਿਹਰਬਾਨੀ ਜੀ, ਤੁਸੀਂ ਰੇਡੀਓ ਪੰਜਾਬ ਟੂਡੇ .com ਦੇ ਉੱਤੇ ਜਾ ਕੇ ਪੇਪਾਲ ਦੇ ਜ਼ਰੀਏ ਹੀ ਭੇਜ ਸਕਦੇ ਹੋ, ਜਾਂ ਫਿਰ ਸਾਨੂੰ ਵੈਸਟਰਨ ਯੂਨੀਅਨ ਕਰ ਸਕਦੇ ਹੋ ਜੀ। ਅਵੇ ਉਹ ਕਰ ਕਾਹਨੂੰ, ਨਹੀਂ ਨਹੀਂ ਮੈਂ ਇੱਥੇ ਬੋਲਦਾ ਹੁੰਦਾ, ਤੁਹਾਡੇ ਕੋਲ ਹੀ ਹੈ ਇੰਡੀਆ 'ਚ। ਠੀਕ ਹੈ ਜੀ, ਠੀਕ ਹੈ ਜੀ, ਮਿਹਰਬਾਨੀ, ਥੈਂਕ ਯੂ ਜੀ। ਜੀ ਭੈਣ ਜੀ, ਮੈਂ ਉਡੀਕ ਹੀ ਕਰ ਰਹੀ ਸੀ ਕਿ ਸਾਨੂੰ ਉਹਨਾਂ ਦਾ ਸੁਨੇਹਾ ਆਇਆ ਨਹੀਂ, ਸੋ ਜ਼ਰੂਰ ਬੇਨਤੀ ਕਰਦੇ ਹਾਂ ਕਿ ਜਿਹੜੇ ਸੁਣਦੇ ਨੇ ਜ਼ਰੂਰ ਤੁਸੀਂ ਇਹੋ ਜਿਹੀ ਕੋਈ ਪੋਜ਼ਿਟਿਵ ਸਾਨੂੰ ਸਗੋਂ ਸੁਝਾਅ ਵੀ ਦਿਆ ਕਰਨ, ਇਹੋ ਜਿਹੇ ਨੁਕਤੇ ਵੀ ਦੇਣ ਜਿਹੜੇ ਅੱਗੋਂ ਪ੍ਰੋਗਰਾਮ ਅਸੀਂ ਕਰ ਸਕੀਏ। ਸ਼ਾਇਦ ਇੱਕ ਸਿਰਫ ਇੱਕ ਟੱਬਰ ਵੀ ਜੇ ਸਾਡੇ ਇਸ ਪ੍ਰੋਗਰਾਮ ਨਾਲ ਕੁਛ ਸਮਝ ਆਪਣੇ ਦਿਮਾਗ ਵਿੱਚ ਪਾ ਲਵੇ ਤੇ ਆਪ ਫੈਸਲਾ ਕਰੇ ਕਿ ਅਸੀਂ ਇਸ ਤਰ੍ਹਾਂ ਨਹੀਂ ਕਰਨਾ, ਤਾਂ ਯਕੀਨਨ ਇਹ ਬਹੁਤ ਵੱਡੀ ਗੱਲ ਹੋ ਸਕਦੀ ਹੈ। ਕਿਉਂਕਿ ਉਹ ਅੱਗੋਂ ਫਿਰ ਇੱਕ ਹੋਰ ਨੂੰ
ਕਿਸੇ ਨੂੰ ਸਟਿਮੂਲੇਟ ਐਨ ਜੀ ਕਰ ਸਕਦੇ ਨੇ ਉਹ ਅੱਗੋ ਤੀਸਰੇ ਨੂੰ ਫਿਰ ਇਸੇ ਤਰੀਕੇ ਲੜੀ ਤੁਰਦੀ ਜੇ ਸੋ ਜੇ ਐਨ ਜੀ ਅਸੀਂ ਤੋਰਦੇ ਰਹੀਏ ਤਾਂ ਜ਼ਰੂਰ ਕਿਸੇ ਨਾ ਕਿਸੇ ਥਾਂ ਤੇ ਆਪਾਂ ਕੁਛ ਫੀਸਦ ਲੋਕਾਂ ਵਿੱਚ ਤਾਂ ਜ਼ਰੂਰ ਇਹ ਸੁਨੇਹਾ ਦੇ ਸਕਾਂਗੇ ਇਸ ਵੇਲੇ ਕਿਉਂਕਿ ਆਪਾਂ ਜੰਗ ਵਿੱਢ ਰਹੇ ਹਾਂ ਇੱਕ ਪੂਰੀ ਇੰਡਸਟਰੀ ਨਾਲ ਜਿਹਦੇ ਵਿੱਚ ਤੁਸੀਂ ਇਹ ਦੇਖ ਲਓ ਕਿ ਹੀਰਿਆਂ ਦੇ ਨਾਲ ਜੋੜ ਦਿੱਤਾ ਗਿਆ ਕਿ ਭਾਈ ਜੇ ਤੁਸੀਂ ਆਪਣੀ ਅੱਗੇ ਗੱਲ ਦੇਖੋ ਨਾ ਵੀਰਾ ਸ਼ੁਰੂ ਹੁੰਦਾ ਸੀ ਵੀ ਆ ਫਲਾਣਾ ਕੁੱਕਰ ਨਹੀਂ ਖਰੀਦਿਆ ਤਾਂ ਤੁਸੀਂ ਪਤਨੀ ਨੂੰ ਪਿਆਰ ਨਹੀਂ ਕਰਦੇ ਹੁਣ ਕੁੱਕਰ ਤੋਂ ਸ਼ੁਰੂ ਹੁੰਦਾ ਹੁੰਦਾ ਹੁਣ ਤੁਸੀਂ ਹੀਰਿਆਂ ਤੇ ਲੈ ਕੇ ਰੱਖ ਦਿੱਤਾ ਕਿ ਜੇ ਤੁਸੀਂ ਜਵਾਈ ਨੂੰ ਆ ਹੀਰੇ ਇੰਨੇ ਉਹ ਵੀ ਆ ਟੋਪ ਮੋਸਟ ਦੇ ਨਹੀਂ ਦਿੰਦੇ ਮੁੰਦਰੀ ਤੇ ਇਹਦਾ ਮਤਲਬ ਹੈ ਤੁਸੀਂ ਜਵਾਈ ਦੀ ਉਹਦੀ ਇੱਜ਼ਤ ਹੀ ਨਹੀਂ ਰੱਖੀ ਤਾਂ ਤੁਸੀਂ ਸਮਝ ਹੀ ਸਕਦੇ ਹੋ ਵੀ ਉਕਸਾਇਆ ਦੋਨਾਂ ਧਿਰਾਂ ਨੂੰ ਜਾਂਦਾ ਜੇ ਕਿ ਉਹ ਮਜਬੂਰੀ ਵੱਸ ਹੱਦੋਂ ਵੱਧ ਖਰਚਾ ਕਰਨ ਸੋ ਇਹ ਜਿਹੜੀ ਇੰਡਸਟਰੀ ਨਾਲ ਲੜਨਾ ਸੌਖਾ ਨਹੀਂ ਜੇ ਹੁੰਦਾ ਬਹੁਤ ਔਖਾ ਹੁੰਦਾ ਜੇ ਪਰ ਜੇ ਆਪਾਂ ਹੌਲੀ ਹੌਲੀ ਜਤਨ ਆਰੰਭਦੇ ਰਹੀਏ ਤਾਂ ਜ਼ਰੂਰ ਕੁਛ ਨਾ ਕੁਛ ਤਾਂ ਆਪਾਂ ਹਾਸਲ ਕਰਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਮਿਹਰਬਾਨੀ ਜੀ ਸੋ ਇਹ ਸਨ ਡਾਕਟਰ ਸ਼ਿੰਦਰ ਕੌਰ ਹੋਰੀ ਤੇ ਫਿਲਹਾਲ ਇੱਕ ਬ੍ਰੇਕ ਲੈਣੇ ਤੇ ਫਿਰ ਹਾਜ਼ਰ ਹੁੰਨੇ ਜੁੜੇ ਰਹੋ ਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਭਰਵਾਉਣ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ ਮੰਥ ਦੇ ਅਖੀਰ ਤੇ ਚੈੱਕ ਸਿੱਧਾ ਘਰੇ ਪਹੁੰਚ ਜਾਏਗਾ 25 ਏਕੜ ਦੇ ਇਸ ਕੰਪਲੈਕਸ ਚ ਹਨ ਸਾਫ ਸੁਥਰੇ ਸ਼ਾਵਰ ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ ਫਿਰ ਕਿਤੇ ਹੋਰ ਕਿਉਂ ਜਾਣਾ ਰਿਫਰੈਸ਼ ਟ੍ਰੈਵਲ ਪਲਾਜ਼ਾ TA ਮਡੇਰਾ ਐਗਜ਼ਿਟ 144 ਹਾਈਵੇ 99 ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ ਐਟ 559-964-7787 ਬਹੁਤ ਜਲਦ ਬੇਕਰਸ ਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟੈਫਟ ਹਾਈਵੇ ਤੇ ਬਾਈ ਜੀ ਨਵੀਂ DD15 ਚਲਾਉਂਦੇ ਜਾਂ ਪੈਕਾਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ ਵਾਹ ਭਾਈ ਵਾਹ ਕੋਈ ਅਪੁਆਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW ਕੁਇਕ ਟਰੱਕ ਲਿਊਬ ਖੁਸ਼ ਹੋ ਕੇ ਪਰਤੋਗੇ ਮੰਨ ਲਓ 519-622-0660 519-622-0660 QTL because we care quick truck you ਭੈਣ ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ ਪਰ ਜਵੈਲਰੀ ਕਿੱਥੋਂ ਲੈਣੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ ਕਿਉਂਕਿ AC ਜਵੈਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰਤਾਂ ਮਰਦਾਂ ਬੱਚਿਆਂ ਦੇ ਵੰਨ ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵਰਾਇਟੀ ਇਹਨਾਂ ਦੇ ਸ਼ੋਰੂਮ ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਊ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੈਸ ਚੇਨ ਕੜੇ ਚੂੜੀਆਂ ਨਗਾਂ ਵਾਲੀਆਂ ਸੋਹਣੀਆਂ ਸੋਹਣੀਆਂ ਮੁੰਦਰੀਆਂ ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ AC ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ 24 ਕੈਰੇਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 Foot Avenue ਸਾਊਥ ਈਸਟ ਕੈਂਟ ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ
ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟ੍ਰੈਵਲ ਸੈਂਟਰ 14814 ਐਲੋਮ ਸਟਰੀਟ ਲੋਸਟ ਹਿੱਲਸ। ਫੋਨ ਨੰਬਰ 601-8797-2394।